ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸ਼ਹਿਰ ਮੰਡੀ ਅਹਿਮਦਗੜ੍ਹ ਤੋਂ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਿੱਖ ਅਤੇ ਪੰਜਾਬੀ ਵਿਰਸੇ ਅਤੇ ਇਤਿਹਾਸ ਨੂੰ ਸਾਂਭਿਆ ਹੋਇਆ ਹੈ। ਸਭ ਤੋਂ ਪਹਿਲਾਂ ਮੰਡੀ ਅਹਿਮਦਗੜ੍ਹ ਬਾਰੇ ਦੋ ਸ਼ਬਦ। ਮੰਡੀ ਅਹਿਮਦਗੜ੍ਹ ਇੱਕ ਖਾਸ ਸ਼ਹਿਰ ਹੈ ਜਿੱਥੇ ਇੱਕ ਚੌਂਕ ਵਿੱਚੋਂ 8 ਰਸਤੇ ਨਿਕਲਦੇ ਹਨ। ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਅਤੇ ਹੋਰ ਫਸਲ ਵੱਢਣ ਲਈ ਜੋ ਦਾਤੀ ਵਰਤਦੇ ਹਾਂ ਉਹ ਇਸ ਸ਼ਹਿਰ ਦੀ ਖਾਸੀਅਤ ਹੈ ਜੋ ਕਿ ਘਰ ਘਰ ਵਿੱਚ ਬਣਾਈ ਜਾਂਦੀ ਹੈ। ਮੰਡੀ ਅਹਿਮਦਗੜ੍ਹ ਲੱਕੜੀ ਦੇ ਕੰਮ ਲਈ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਇੱਕ ਹੋਰ ਖਾਸੀਅਤ ਹੈ ਇਸ ਸ਼ਹਿਰ ਦੀ ਕਿ ਇੱਥੇ ਇੱਕ ਉਹ ਸ਼ਖਸੀਅਤ ਰਹਿੰਦੀ ਹੈ ਜਿਹੜੇ ਕਿੱਤੇ ਵਜੋਂ ਭਾਵੇਂ ਲੱਕੜੀ ਦਾ ਕੰਮ ਕਰਦੇ ਹਨ ਪਰ ਇਹਨਾਂ ਨੂੰ ਇੱਕ ਹੋਰ ਸ਼ੌਕ ਹੈ, ਜਨੂੰਨ ਹੈ, ਉਹ ਹੈ ਪੁਰਾਤਨ ਵਿਰਸੇ ਨਾਲ ਜੁੜਿਆ ਸਮਾਨ ਇਕੱਠਾ ਕਰਨਾ। ਮੈਨੂੰ ਇਹਨਾਂ ਬਾਰੇ ਪਿਛਲੇ ਦਸੰਬਰ ਵਿੱਚ ਪਤਾ ਲੱਗਿਆ ਸੀ ਜਦੋਂ ਇਹਨਾਂ ਦੀ ਇੱਕ ਆਨਲਾਈਨ ਪ੍ਰਦਰਸ਼ਨੀ ਦੇਖੀ ਸੀ। ਹਰਬਲਵੀਰ ਜੀ ਅਤੇ ਪਰਿਵਾਰ ਆਪਣੀ ਲਾਸਟ ਪੰਜਾਬ ਫੇਰੀ 'ਤੇ ਇਹਨਾਂ ਨੂੰ ਮਿਲ ਕੇ ਆਏ ਅਤੇ ਅੱਜ ਅਸੀਂ ਇਹ ਐਪੀਸੋਡ ਬਣਾ ਸਕੇ। ਇਹ ਐਪੀਸੋਡ ਸਾਡੇ ਸਭ ਲਈ ਬਹੁਤ ਜਾਣਕਾਰੀ ਭਰਪੂਰ ਹੋਏਗਾ। ਮੇਰੀ ਮੁਰਾਦ ਪਰਮਿੰਦਰ ਸਿੰਘ ਜੀ ਤੋਂ ਹੈ ਜੋ ਕਿ ਸ਼ੌਕ ਵਜੋਂ ਵਿਰਸੇ ਨਾਲ ਜੁੜਿਆ ਸਮਾਨ ਇਕੱਠਾ ਕਰਦੇ ਹਨ। ਭਾਰਤ ਵਿੱਚ ਕਿਤੋਂ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਕਿਸੇ ਵਿਰਾਸਤ ਨਾਲ ਜੁੜੀ ਚੀਜ਼ ਦਾ, ਇਹ ਉੱਥੇ ਪੁੱਜ ਕੇ ਜਾਂ ਮੇਲ ਰਾਹੀਂ ਮੰਗਵਾ ਲੈਂਦੇ ਹਨ। ਬਹੁਤ ਵਾਰ ਇਹਨਾਂ ਨੂੰ ਉਸਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ, ਫਿਰ ਨਿਰੰਤਰ ਉਹਦੀ ਸਾਂਭ ਸੰਭਾਲ ਕਰਦੇ ਹਨ। ਸਕੂਲਾਂ, ਕਾਲਜਾਂ, ਗੁਰਦੁਆਰੇ ਸਾਹਿਬਾਂ ਵਿੱਚ ਜਾ ਕੇ ਉਸ ਸੰਭਾਲੇ ਹੋਏ ਵਿਰਸੇ ਦੀ ਪ੍ਰਦਰਸ਼ਨੀ ਲਗਾਉਂਦੇ ਹਨ ਅਤੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਇਸ ਵਿਰਸੇ ਨਾਲੋਂ ਬਿਲਕੁਲ ਟੁੱਟ ਚੁੱਕੇ ਹਨ ਉਹਨਾਂ ਨੂੰ ਇਸ ਵਿਰਸੇ ਨਾਲ ਜੋੜਦੇ ਹਨ। ਸਿਰਫ ਦਿਖਾਉਂਦੇ ਹੀ ਨਹੀਂ ਸਗੋਂ ਇਤਿਹਾਸ ਪੜ੍ਹ ਕੇ ਹਰ ਚੀਜ਼ ਬਾਰੇ ਜਾਣਕਾਰੀ ਵੀ ਦਿੰਦੇ ਹਨ। ਇਹਨਾਂ ਕੋਲ ਦੁਨੀਆ ਦਾ ਸਭ ਤੋਂ ਪਹਿਲਾਂ ਮਗਧ ਰਾਜੇ ਵੱਲੋਂ ਬਣਾਇਆ 2700 ਸਾਲ ਪੁਰਾਣਾ ਸਿੱਕਾ ਹੈ। ਅਲੱਗ ਅਲੱਗ ਧਰਮਾਂ ਦੇ ਹੱਥ ਲਿਖਤ ਦੁਰਲੱਭ ਗ੍ਰੰਥ ਜੋ ਕਿ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਉਹ ਇਹਨਾਂ ਨੇ ਸਾਂਭੇ ਹੋਏ ਹਨ। 900 ਸਾਲ ਪੁਰਾਣੀ ਪੱਤਿਆਂ ਉੱਤੇ ਲਿਖੀ ਹੋਈ ਰਮਾਇਣ ਇਹਨਾਂ ਕੋਲ ਹੈ। ਜੰਗਾਂ ਯੁੱਧਾਂ ਵਿੱਚ ਵਰਤੇ ਜਾਣ ਵਾਲੇ ਸ਼ਸਤਰ ਇਹਨਾਂ ਨੇ ਸਾਂਭੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਹਰ ਉਹ ਚੀਜ਼ ਇਹਨਾਂ ਕੋਲ ਮੌਜੂਦ ਹੈ ਜੋ ਹਰ ਘਰ ਵਿੱਚ ਵਰਤੀ ਜਾਂਦੀ ਸੀ ਪਰ ਹੁਣ ਟੈਕਨੋਲੋਜੀ ਦੇ ਆਧੁਨਿਕ ਜ਼ਮਾਨੇ ਵਿੱਚ ਗਾਇਬ ਹੋ ਚੁੱਕੀ ਹੈ। ਹਾਲ ਹੀ ਵਿੱਚ ਇਹਨਾਂ ਨੇ ਇੱਕ ਵਿਆਹ ਦੇ ਦੌਰਾਨ ਬਰਾਤੀਆਂ ਦੇ ਮਨੋਰੰਜਨ ਲਈ ਇਹ ਸਭ ਵਿਰਾਸਤੀ ਪ੍ਰਦਰਸ਼ਨੀ ਵੀ ਲਗਾਈ ਜੋ ਕਿ ਇਹਨਾਂ ਵੱਲੋਂ ਲਗਾਈਆਂ ਹੋਰ ਪ੍ਰਦਰਸ਼ਨੀਆਂ ਵਾਂਗ ਹੀ ਬਹੁਤ ਸ਼ਲਾਘਾਯੋਗ ਹੈ। ਅਤੇ ਆਓ ਫਿਰ ਤੁਹਾਨੂੰ ਮਿਲਾਉਂਦੇ ਹਾਂ ਪਰਮਿੰਦਰ ਸਿੰਘ ਵੀਰ ਜੀ ਨਾਲ ਜੋ ਕਿ ਸਾਡੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਿੰਦਰ ਸਿੰਘ, ਮੰਡੀ ਅਹਿਮਦਗੜ੍ਹ, ਪੰਜਾਬ। ਅਤੇ ਮੇਰਾ ਸ਼ੌਂਕ ਆ ਪੁਰਾਣੇ ਇਤਿਹਾਸ ਨੂੰ, ਆਪਣੇ ਵਿਰਾਸਤੀ ਚੀਜ਼ਾਂ ਨੂੰ ਇਕੱਠੀਆਂ ਕਰਨਾ ਅਤੇ ਬੱਚਿਆਂ ਨੂੰ ਦਿਖਾਉਣਾ। ਅਤੇ ਜਿਹਦੇ ਵਿੱਚ ਮੈਂ ਸਾਰਿਆਂ ਨੂੰ ਪਹਿਲਾਂ ਜਦੋਂ ਕਲੈਕਸ਼ਨ ਸ਼ੁਰੂ ਕੀਤੀ, ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਨੇ ਮੈਨੂੰ ਕੁਝ ਸਿੱਕੇ ਦਿੱਤੇ ਅਤੇ ਉਹ ਸਿੱਕੇ ਆਨੇ ਧੇਲੇ ਅਤੇ ਗਲੀ ਵਾਲੇ ਪੈਸੇ ਸੀ। ਅਤੇ ਉਹਨਾਂ ਸਿੱਕਿਆਂ ਨੂੰ ਮੈਂ ਸਾਂਭਿਆ। ਹੌਲੀ ਹੌਲੀ ਇਹ ਜਿਹੜਾ ਸਾਂਭਣ ਦਾ ਮੇਰਾ ਜਿਹੜਾ ਸ਼ੌਂਕ ਸੀ ਉਹ ਜਨੂੰਨ ਬਣ ਗਿਆ। ਅਤੇ ਫਿਰ ਮੈਂ ਜਦੋਂ ਮਤਲਬ ਗਿਆ, ਦੇਖਿਆ, ਸਾਰੇ ਕਿਤੇ ਘੁੰਮਿਆ ਫਿਰਿਆ ਪੂਰੇ ਇੰਡੀਆ ਦੇ ਵਿੱਚ ਸਿੱਕਿਆਂ ਦੇ ਵਿੱਚ, ਅਤੇ ਫਿਰ ਮੈਨੂੰ ਇਹ ਲੱਗਿਆ ਵੀ ਸਿੱਕਿਆਂ ਤੋਂ ਬਿਨਾਂ ਵੀ ਜਿਹੜੇ ਹੱਥ ਲਿਖਤ ਗ੍ਰੰਥ ਨੇ ਉਹਨਾਂ ਨੂੰ ਵੀ ਸਾਂਭਣਾ ਚਾਹੀਦਾ, ਕਿਉਂਕਿ ਸਿੱਕਾ ਇੱਕ ਮੈਟਲ ਆ ਵੀ ਉਹ ਕਦੇ ਖਰਾਬ ਨਹੀਂ ਹੋ ਸਕਦਾ। ਜਿਹੜਾ 2700 ਸਾਲ ਪਹਿਲਾਂ ਦਾ ਸਿੱਕਾ ਬਣਿਆ ਉਹ ਅੱਜ ਤੱਕ ਮਤਲਬ ਔਲਰੇਡੀ ਮਿਲ ਰਿਹਾ, ਸਹੀ ਕੰਡੀਸ਼ਨ 'ਚ ਮਿਲ ਰਿਹਾ। ਵੀ ਜਿਹੜਾ ਪੇਪਰ ਆ, ਪੇਪਰ ਟਾਈਮ ਪੈ ਕੇ ਕੀੜਾ ਲੱਗ ਜਾਂਦਾ ਜਾਂ ਕਿਸੇ ਵੀ ਤਰ੍ਹਾਂ ਤਰੀਕੇ ਨਾਲ ਖਰਾਬ ਹੋ ਜਾਂਦਾ, ਵੀ ਇਸ ਕਰਕੇ ਮੈਂ ਸੋਚਿਆ ਵੀ ਇਹ ਹੱਥ ਲਿਖਤ ਗ੍ਰੰਥਾਂ ਨੂੰ ਇਕੱਠਾ ਕੀਤਾ ਜਾਵੇ, ਇਹਨਾਂ ਨੂੰ ਸਾਂਭਿਆ ਜਾਵੇ। ਅਤੇ ਫਿਰ ਮੈਂ ਹੱਥ ਲਿਖਤ ਗ੍ਰੰਥ ਇਕੱਠੇ ਕਰਨੇ ਸ਼ੁਰੂ ਕੀਤੇ। ਮੇਰੇ ਕੋਲ ਲਗਭਗ 70 ਦੇ ਕਰੀਬ ਹੱਥ ਲਿਖਤ ਗ੍ਰੰਥ ਹੈਗੇ ਆ ਜਿਹੜੇ ਕਿ ਹਿੰਦੂ ਧਰਮ ਅਤੇ ਸਿੱਖ ਧਰਮ ਨਾਲ ਰਿਲੇਟਡ ਨੇ। ਅਤੇ ਇਸ ਤਰ੍ਹਾਂ ਹੀ ਕਰਕੇ ਮੈਂ ਵੈਪਨ ਦੀ ਕਲੈਕਸ਼ਨ ਸ਼ੁਰੂ ਕੀਤੀ, ਹਥਿਆਰਾਂ ਦੀ। ਉਹ ਹਥਿਆਰ ਜਿਹੜੇ ਪਹਿਲਾਂ ਜੰਗਾਂ ਯੁੱਧਾਂ ਵਿੱਚ ਵਰਤੇ ਜਾਂਦੇ ਸੀ ਅਤੇ ਉਹਨਾਂ ਨੂੰ ਵੀ ਕਲੈਕਟ ਕਰਨਾ ਸ਼ੁਰੂ ਕੀਤਾ। ਫਿਰ ਪੇਂਡੂ ਸੱਭਿਆਚਾਰ ਦੀਆਂ ਉਹ ਚੀਜ਼ਾਂ ਜਿਹੜੀਆਂ ਕਿ ਅਲੋਪ ਹੋ ਚੁੱਕੀਆਂ ਨੇ ਉਹਨਾਂ ਨੂੰ ਵੀ ਇਕੱਠਿਆਂ ਕਰਨਾ ਸ਼ੁਰੂ ਕੀਤਾ। ਅਤੇ ਇਸ ਤਰ੍ਹਾਂ ਮਤਲਬ ਕਰਦੇ ਕਰਦੇ ਕਾਫੀ ਵੱਡੀ ਕਲੈਕਸ਼ਨ ਮੇਰੇ ਕੋਲ 28 ਸਾਲ ਦੇ ਵਿੱਚ ਹੋ ਗਈ ਆ। ਅਤੇ ਕੋਸ਼ਿਸ਼ ਕੀਤੀ ਆ ਵੀ ਆਪਣੇ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਸਾਂਭ ਕੇ ਨਵੀਂ ਪੀੜ੍ਹੀ ਤੱਕ ਪਹੁੰਚਾ ਦਈਏ ਤਾਂ ਕਿ ਮਤਲਬ ਆਉਣ ਵਾਲੇ ਬੱਚਿਆਂ ਵਾਸਤੇ ਕੁਛ ਬਚ ਸਕੇ। ਅਤੇ ਇਸ ਤਰ੍ਹਾਂ ਛੋਟਾ ਜਿਹਾ ਉਪਰਾਲਾ ਮੇਰੇ ਵੱਲੋਂ। ਇਹ ਹੱਥ ਲਿਖਤ ਦਸਮ ਗ੍ਰੰਥ ਹੈਗਾ ਜੀ, ਅਤੇ ਜਿਹਦੇ ਵਿੱਚ
ਇਹਦੀ ਜਿਹੜੀ ਸਟਾਰਟਿੰਗ ਆ ਉਹ ਇੱਕੋ ਓਂਕਾਰ ਸਤ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸ਼ਮੀ ਛਪੈ ਛੰਦ ਤਪ ਪ੍ਰਸ਼ਾਦ ਇਹ ਜਾਪ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਜੀ ਜਿਸ ਦੇ ਵਿੱਚ ਯਾਨੀ ਜਾਪ ਸਾਹਿਬ ਤੋਂ ਸਟਾਰਟਿੰਗ ਆ ਅਤੇ ਇਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਵੀ ਕਿਹੜੇ ਸੰਨ ਦੇ ਵਿੱਚ ਇਹ ਪੋਥੀ ਲਿਖੀ ਗਈ ਅਤੇ ਸੰਮਤ 1902 ਮਹੀਨਾ ਮੱਘਰ ਪੋਥੀ ਲਿਖਾਈ ਸ਼੍ਰੀ ਬਾਬੇ ਸਾਹਿਬ ਬਾਬੇ ਕਾਹਨ ਸਿੰਘ ਜੀ ਨੇ ਲਿਖੀ ਦੇਵੀ ਦਿੱਤੇ ਬ੍ਰਾਹਮਣ ਵਾਸੀ ਵਾੜੀਆਂ ਦੇ ਨੇ ਭੁੱਲ ਚੁੱਕ ਬਖਸ਼ ਲੈਣੀ ਇਹ ਸੰਮਤ 1902 ਆ ਜਦੋਂ ਆਪਾਂ ਇਹਨੂੰ ਮਤਲਬ ਈਸਵੀ ਦੇ ਵਿੱਚ ਕਨਵਰਟ ਕਰਾਂਗੇ ਤਾਂ -57 ਸਾਲ ਆਪਾਂ ਨੂੰ ਕਰਨੇ ਪੈਣਗੇ ਤਾਂ ਇਹ 1845 ਬਣਦੀ ਆ ਅਤੇ 1845 ਦੇ ਵਿੱਚ ਬਾਬੇ ਕਾਹਨ ਸਿੰਘ ਜੀ ਨੇ ਦੇਵੀ ਦਿੱਤੇ ਬ੍ਰਾਹਮਣ ਤੋਂ ਇਹ ਲਿਖਾਈ ਅਤੇ ਪਰ ਦੁੱਖ ਦੀ ਗੱਲ ਨਾਲ ਇਹ ਵੀ ਦੱਸਣੀ ਚਾਹੁੰਦਾ ਵੀ ਜਿਹੜੀ ਇਹ ਪੋਥੀ ਆ ਮਤਲਬ ਇੱਕ ਕਬਾੜੀਏ ਤੋਂ ਇਹ ਰੱਦੀ ਦੇ ਵਿੱਚ ਕਿਸੇ ਨੇ ਵੇਚੀ ਹੋਈ ਮੈਨੂੰ ਮਿਲੀ ਅਤੇ ਲੋਕਾਂ ਨੂੰ ਚਾਹੀਦਾ ਵੀ ਇਹ ਜਿਹੀਆਂ ਜਿਹੜੀਆਂ ਮੌਲਿਕ ਚੀਜ਼ਾਂ ਨੇ ਉਹਨਾਂ ਨੂੰ ਮਤਲਬ ਸਾਂਭਣਾ ਚਾਹੀਦਾ ਨਾ ਕਿ ਰੱਦੀ ਦੇ ਵਿੱਚ ਵੇਚਣਾ ਚਾਹੀਦਾ ਅਤੇ ਇਸ ਤਰ੍ਹਾਂ ਹੀ ਇਹ ਜਿਹੜੀ ਮਤਲਬ ਹੈਗੀ ਆ ਇਹ ਹੱਥ ਲਿਖਤ ਜਨਮ ਸਾਖੀ ਆ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਜਿਹਨੂੰ ਕਹਿ ਦਿੰਦੇ ਹਾਂ ਅਤੇ ਇਹ ਇਹਦੇ ਵਿੱਚ ਲਿਖਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਤੋਂ ਸ਼ੁਰੂ ਹੋ ਕੇ ਇਹਦੇ 'ਚ ਫਿਰ ਇਹ ਜਪ ਅਰਥਾਂ ਨਾਲ ਇਹ ਗੋਸ਼ਟ ਗੁਰੂ ਬਾਬੇ ਨਾਨਕ ਜੀ ਕੀ ਇਹ ਇਸ ਤਰ੍ਹਾਂ ਮਤਲਬ ਜਨਮ ਸਾਖੀ ਆ ਹੱਥ ਲਿਖਤ ਅਤੇ ਕਾਫ਼ੀ ਇਹਦੀ ਕੰਡੀਸ਼ਨ ਵੀਕ ਹੋਈ ਹੋਈ ਆ ਜਾਨਵਰ ਲੱਗਿਆ ਹੋਇਆ ਜਿਸ ਤਰ੍ਹਾਂ ਹੀ ਮੈਨੂੰ ਮਿਲੀ ਮੈਂ ਇਸ ਤਰ੍ਹਾਂ ਹੀ ਮਤਲਬ ਇਹਨੂੰ ਸਾਂਭ ਕੇ ਰੱਖਿਆ ਹੋਇਆ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੱਥ ਲਿਖਤਾਂ ਜਿਹਦੇ 'ਚ ਮਤਲਬ ਆਪਣਾ ਅਸਲੀ ਇਤਿਹਾਸ ਲਿਖਿਆ ਹੋਇਆ ਕਿਉਂਕਿ ਹੁਣ ਤਾਂ ਜਿਹੜੀ ਵੀ ਕੁਛ ਵੀ ਹੈ ਉਹ ਥੋੜ੍ਹੀ ਬਹੁਤ ਤੋੜ ਮਰੋੜ ਕੇ ਮਤਲਬ ਇਤਿਹਾਸ ਨੂੰ ਪੇਸ਼ ਕੀਤਾ ਜਾਂਦਾ ਅਤੇ ਇਹੋ ਜਿਹੀਆਂ ਜਨਮ ਸਾਖੀਆਂ ਮੇਰੇ ਕੋਲ ਕਾਫੀ ਨੇ ਅਤੇ ਇਹ ਵੀ ਇਸ ਤਰ੍ਹਾਂ ਹੀ ਹੱਥ ਲਿਖਤ ਜਨਮ ਸਾਖੀ ਆ ਮੇਰੇ ਕੋਲ ਅਤੇ ਕੋਸ਼ਿਸ਼ ਕੀਤੀ ਆ ਵੀ ਆਪਣੇ ਇਤਿਹਾਸ ਨੂੰ ਸਾਂਭ ਕੇ ਨਵੀਂ ਪੀੜ੍ਹੀ ਤੱਕ ਪਹੁੰਚਾ ਦਈਏ ਤਾਂ ਕਿ ਨਵੇਂ ਜਿਹੜੇ ਬੱਚੇ ਨੇ ਆਉਣ ਵਾਲੇ ਮਤਲਬ ਜਿਹੜੇ ਬੱਚੇ ਨੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲ ਸਕੇ ਵੀ ਪਹਿਲਾਂ ਪੇਪਰ ਕਿਵੇਂ ਬਣਦਾ ਸੀ ਅਤੇ ਲਿਖਦੇ ਕਿਵੇਂ ਸੀ ਸਿਹਾਈ ਕਿਵੇਂ ਬਣਦੀ ਸੀ ਅਤੇ ਇਹ ਚੀਜ਼ਾਂ ਨੂੰ ਮੈਂ ਤਾਂ ਕਲੈਕਟ ਕਰ ਰਿਹਾ ਵੀ ਤਾਂ ਕਿ ਮਤਲਬ ਬੱਚਿਆਂ ਨੂੰ ਕੁਛ ਆਪਾਂ ਦੱਸ ਸਕੀਏ ਆਪਣੇ ਇਤਿਹਾਸ ਬਾਰੇ ਬਾਕੀ ਜਿਸ ਤਰ੍ਹਾਂ ਪੰਜ ਗ੍ਰੰਥੀ ਪੋਥੀ ਆ ਮੇਰੇ ਕੋਲ ਇਹਦੇ ਉੱਪਰ ਸਾਰਾ ਜਿਹੜਾ ਆਲੇ ਦੁਆਲੇ ਬਾਰਡਰ ਲੱਗਿਆ ਇਹ ਸਾਰਾ ਕੇਸਰ ਦਾ ਬਾਰਡਰ ਲੱਗਿਆ ਅਤੇ ਇਹ ਜਾਪ ਸਾਹਿਬ ਦਾ ਹੱਥ ਲਿਖਤ ਗੁਟਕਾ ਸਾਹਿਬ ਆ ਅਤੇ ਇਸ ਤਰ੍ਹਾਂ ਕਰਕੇ ਇਹ ਸਰਬ ਲੋਹ ਜਿਹੜਾ ਗ੍ਰੰਥ ਆ ਉਹ ਆ ਜੀ ਇਹ ਸਾਰੇ ਹੱਥ ਲਿਖਤ ਨੇ ਇਹ ਵੀ ਸਾਰੇ ਸਾਖੀਆਂ ਨੇਗੀਆਂ ਜਨਮ ਸਾਖੀਆਂ ਇਹ ਵੀ ਹੱਥ ਲਿਖਤ ਜਨਮ ਸਾਖੀਆਂ ਨੇ ਜੀ ਅਤੇ ਇਸ ਤਰ੍ਹਾਂ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਹੱਥ ਲਿਖਤ ਜਿਸ ਤਰ੍ਹਾਂ ਇੱਕ ਓਂਕਾਰ ਪਾਉਣ ਦਾ ਜਿਹੜਾ ਮਤਲਬ ਲਿਖਣ ਦਾ ਜਿਹੜਾ ਸਟਾਈਲ ਆ ਉਹ ਕਿੰਨਾ ਵਧੀਆ ਤਰੀਕੇ ਨਾਲ ਲਿਖਿਆ ਗਿਆ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਇਸ ਤਰ੍ਹਾਂ ਕਰਕੇ ਮਤਲਬ ਇਸ ਸੁਖਮਨੀ ਸਾਹਿਬ ਲਿਖਿਆ ਹੋਇਆ ਅਤੇ ਸੰਪੂਰਨ ਆ ਜੀ ਜਿਹੜੇ ਕੋਈ ਖਾਸ ਅਕਸ਼ਰ ਜਾਂ ਕਹਿ ਲਓ ਉਹ ਥੋੜ੍ਹਾ ਜਿਹਾ ਅਲੱਗ ਹਾਈਲਾਈਟ ਕੀਤੇ ਨੇ ਅਲੱਗ ਰੰਗ ਨਾਲ ਇਹ ਵੀ ਇਸ ਹੱਥ ਲਿਖਤ ਹੈਗਾ ਜਨਮ ਸਾਖੀ ਇਹ ਸਾਰੇ ਮਤਲਬ ਜਿਹੜੇ ਗੁਟਕਾ ਸਾਹਿਬ ਛੋਟੇ ਰੂਪ ਦੇ ਵਿੱਚ ਦੇਖ ਰਹੇ ਹਾਂ ਇਹ ਸਾਰੇ ਮਤਲਬ ਹੱਥ ਲਿਖਤ ਸਿੱਖ ਧਰਮ ਨਾਲ ਰਿਲੇਟਡ ਨੇ ਬਾਕੀ ਜਿਹੜੇ ਦੂਜੀ ਸਾਈਡ ਪਏ ਨੇ ਇੱਧਰ ਜਿਹੜੇ ਸਾਰੇ ਇਹ ਹਿੰਦੂ ਧਰਮ ਨਾਲ ਰਿਲੇਟਡ ਨੇ ਇਹ ਜਿਹੜਾ ਇਹ ਪੰਜਾਬੀ ਦੇ ਵਿੱਚ ਗੀਤਾ ਆ ਜੀ ਜਿਹੜੀ ਕਿ ਮਤਲਬ ਜੰਮੂ ਦੇ ਰਾਜਾ ਮਹਾਰਾਜਾ ਗੁਲਾਬ ਸਿੰਘ ਨੇ ਭਾਈ ਕੇਸਰ ਸਿੰਘ ਤੋਂ ਲਿਖਾਈ ਸੀ ਮਤਲਬ ਇੱਕ ਸਿੱਖ ਸਿੱਖ ਬੰਦਾ ਮਤਲਬ ਹਿੰਦੂ ਧਰਮ ਦੀ ਪੋਥੀ ਲਿਖ ਰਿਹਾ ਅਤੇ ਇੱਧਰ ਦਸਮ ਗ੍ਰੰਥ ਜਿਹੜਾ ਆ ਉਹ
ਇੱਕ ਹਿੰਦੂ ਬੰਦਾ ਲਿਖ ਰਿਹਾ, ਯਾਨੀ ਸਿੱਖ ਧਰਮ ਦੀ ਪੋਥੀ ਜਿਹੜਾ ਹਿੰਦੂ ਬੰਦਾ ਲਿਖ ਰਿਹਾ, ਅਤੇ ਜਿਹੜਾ ਹਿੰਦੂ ਧਰਮ ਦੀ ਜਿਹੜੀ ਪੋਥੀ ਆ ਉਹ ਸਿੱਖ ਬੰਦਾ ਲਿਖ ਰਿਹਾ ਅਤੇ ਸਿੱਖ ਬੰਦਾ ਲਿਖਵਾ ਰਿਹਾ, ਅਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮਤਲਬ ਆਪਸੀ ਪ੍ਰੇਮ ਪਿਆਰ ਸੀ ਉਹ ਬਹੁਤ ਜ਼ਿਆਦਾ ਸੀ। ਅਤੇ ਇੱਥੇ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਧਰਮ ਦੇ ਨਾਂ 'ਤੇ ਲੜਾ ਕੇ ਮਤਲਬ ਰਾਜ ਕਰਨਾ ਚਾਹੁੰਦੀਆਂ ਨੇ, ਪਰ ਜੇ ਪੁਰਾਣੇ ਮਤਲਬ ਗ੍ਰੰਥਾਂ ਵੱਲ ਜਾਂ ਪੁਰਾਣੇ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ ਬਹੁਤ ਕੁਛ ਮਤਲਬ ਸਿੱਖਣ ਨੂੰ ਮਿਲਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਜਦੋਂ ਇਹਨੂੰ ਆਪਾਂ ਪੜ੍ਹਦੇ ਹਾਂ ਤਾਂ ਫਿਰ ਆਪਾਂ ਨੂੰ ਬਹੁਤ ਕੁਛ ਮਿਲਦਾ ਹੈ ਜੀ। ਇਹ ਜਿਹੜਾ ਹੈਗਾ ਇਹ ਸੈਕਿੰਡ ਵਰਲਡ ਵਾਰ ਵੇਲੇ ਫੌਜੀਆਂ ਨੂੰ ਮਿਲੀ ਹੋਈ ਕੁਰਾਨ ਸ਼ਰੀਫ ਆ ਜੀ, ਅਤੇ ਜਿਹੜੀ ਕਿ ਮਤਲਬ ਜਦੋਂ ਫੌਜੀਆਂ ਨੇ ਮੰਗ ਰੱਖੀ ਵੀ ਅਸੀਂ ਆਪਣੇ ਜਿਹੜੇ ਗ੍ਰੰਥ ਨੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਕਿਉਂਕਿ ਜਿਹੜੇ ਗ੍ਰੰਥ ਸੀ ਉਹ ਬਹੁਤ ਵੱਡੇ ਰੂਪ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਮਤਲਬ ਲੈ ਕੇ ਜਾਣ 'ਚ ਦਿੱਕਤ ਆਉਂਦੀ ਸੀ, ਕਿਉਂਕਿ ਲੜਾਈ ਦੇ ਵਿੱਚ ਜਿਹੜਾ ਆ ਹਰ ਫੌਜੀ ਨੇ ਆਪਣਾ ਸਮਾਨ ਆਪ ਚੱਕ ਕੇ ਅੱਗੇ ਵਧਣਾ ਹੁੰਦਾ, ਅਤੇ ਇਸ ਕਰਕੇ ਉਹ ਦਿੱਕਤ ਬਹੁਤ ਆਈ। ਅਤੇ ਉਹਨਾਂ ਨੇ ਫੌਜੀਆਂ ਨੇ ਮੰਗ ਰੱਖੀ ਵੀ ਅਸੀਂ ਆਪਣੇ ਗ੍ਰੰਥਾਂ ਨੂੰ ਪੜ੍ਹ ਕੇ ਅਰਦਾਸ ਕਰਕੇ ਫਿਰ ਅੱਗੇ ਵਧਾਂਗੇ, ਅਤੇ ਜਦੋਂ ਉਹਨਾਂ ਨੇ ਮਤਲਬ ਬ੍ਰਿਟਿਸ਼ ਗੌਰਮੈਂਟ ਨੇ ਮਤਲਬ ਫੌਜੀਆਂ ਦੀ ਭਾਵਨਾਵਾਂ ਨੂੰ ਸਮਝਿਆ, ਫਿਰ ਇਹ ਜਰਮਨ ਤੋਂ ਪ੍ਰਿੰਟ ਕਰਾ ਕੇ ਇਹ ਫੌਜੀਆਂ ਨੂੰ ਛੋਟੇ ਰੂਪ ਦੇ ਵਿੱਚ 1 ਇੰਚ ਦੀ ਗੀਤਾ, 1 ਇੰਚ ਦਾ ਕੁਰਾਨ, 1 ਇੰਚ ਦੀ ਬਾਈਬਲ ਅਤੇ 1 ਇੰਚ ਦਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਦਿੱਤਾ, ਅਤੇ ਜਿਹੋ ਜਿਹਾ ਧਰਮ ਦੇ ਹਿਸਾਬ ਨਾਲ ਉਹਨਾਂ ਨੂੰ ਮਤਲਬ ਇਹ ਚੀਜ਼ਾਂ ਦਿੱਤੀਆਂ ਗਈਆਂ, ਅਤੇ ਇਹ ਫਿਰ ਉੱਥੇ ਨਾਲ ਲੰਚ ਪ੍ਰੋਵਾਈਡ ਕਰਵਾਏ ਗਏ ਜਿਹਦੇ ਨਾਲ ਇਹ ਪੜ੍ਹ ਸਕਣ, ਅਤੇ ਇਹ ਉਹਨਾਂ ਦੇ ਵਿੱਚੋਂ ਇੱਕ ਆ ਜੀ। ਇਹ ਵੀ ਛੋਟੇ ਸਾਈਜ਼ ਦੇ ਮਤਲਬ ਜਿਹੜੇ ਅੱਜ ਕੱਲ੍ਹ ਜਾਣੀ ਜਿਵੇਂ ਕਹਿ ਲਓ ਵੀ ਛੋਟੇ ਰੂਪ ਦੇ ਵਿੱਚ ਸਪੈਸ਼ਲੀ ਬਣਾਏ ਗਏ ਨੇਗੇ, ਜਿਹੜੇ ਆਮ ਮਿਲਦੇ ਨਹੀਂ। ਇਹਦੇ 'ਚ ਅਰਦਾਸ, ਸੁਖਮਨੀ ਸਾਹਿਬ, ਸਾਰੇ ਪੰਜੇ ਬਾਣੀਆਂ, ਸੋਹਿਲਾ ਸਾਹਿਬ, ਸਾਰੇ ਮਤਲਬ ਹੈਗਾ, ਅਤੇ ਬਹੁਤ ਵਧੀਆ ਤਰੀਕੇ ਨਾਲ, ਬਹੁਤ ਹੀ ਵਧੀਆ ਛਪਾਈ, ਬਹੁਤ ਹੀ ਵਧੀਆ ਜਿਲਤ। ਅਤੇ ਇਸੇ ਤਰ੍ਹਾਂ ਹੀ ਇਹ ਹਿੰਦੂ ਧਰਮ ਦੀ ਵੀ ਹੈਗੀ ਹੈ ਇੱਕ ਗੀਤਾ। ਮੈਨੂੰ ਜਿਹੜੀ ਜੋ ਕੋਈ ਵੀ ਥੋੜ੍ਹੀ ਜਿਹੀ ਖਿੱਚਵੀਂ ਜੀ ਕੋਈ ਚੀਜ਼ ਲੱਗਦੀ ਦਿਲ ਵੀ ਬੱਚਿਆਂ ਨੂੰ ਕੋਈ ਆਕਰਸ਼ਿਤ ਕਰੇ, ਉਹ ਚੀਜ਼ ਮੈਂ ਕਲੈਕਟ ਕਰ ਲੈਂਦਾ ਤਾਂ ਕਿ ਮਤਲਬ ਕੁਛ ਬੱਚਿਆਂ ਨੂੰ ਸਿੱਖਣ ਨੂੰ ਮਿਲੇ, ਕੁਛ ਬੱਚਿਆਂ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲੇ। ਮੈਂ ਹੁਣ ਤੱਕ ਮਤਲਬ ਕਹਿ ਲਓ ਵੀ ਲਗਭਗ 185 ਐਗਜੀਬਿਸ਼ਨ ਹੁਣ ਤੱਕ ਮੈਂ ਲਾ ਚੁੱਕਿਆ, ਜਿਹੜੇ ਕਿ ਪੂਰੇ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਹਿਲਾ ਨੰਬਰ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਆਉਂਦਾ। ਅਤੇ ਹੁਣ ਵੀ ਮੇਰੇ ਕੋਲ ਐਡਵਾਂਸ 6-7 ਐਗਜੀਬਿਸ਼ਨ ਹੈਗੀਆਂ ਨੇ, ਜਿਹੜਾ ਵੀ ਕੋਈ ਵੀ ਮੈਨੂੰ ਬੁਲਾਉਂਦਾ ਵੀ ਸਾਡੇ ਆ ਕੇ ਸਕੂਲ, ਕਾਲਜ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਓ, ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਓ, ਅਤੇ ਫਿਰ ਮੈਂ ਇਹ ਸਾਰੀਆਂ ਚੀਜ਼ਾਂ ਆਪਣਾ ਪੂਰਾ ਇੱਕ ਛੋਟਾ ਹਾਥੀ ਜਿਹੜਾ ਟੈਂਪੂ ਉਹ ਪੂਰਾ ਭਰ ਕੇ ਲੈ ਕੇ ਜਾਂਦਾ, ਅਤੇ ਉਹਦਾ ਸਾਰਾ ਸਮਾਨ ਡਿਸਪਲੇ ਕਰਦਾ, ਨਾਲ ਮੈਂ 6-7 ਬੰਦੇ ਲੈ ਕੇ ਜਾਂਦਾ ਤਾਂ ਕਿ ਮਤਲਬ ਸਾਰੇ ਉਹਦੀ ਉੱਥੇ ਰੱਖ ਰਖਾਵ, ਕੋਲੇ ਖੜਨਾ, ਉਹਦੀ ਸਾਂਭ ਸੰਭਾਲ, ਅਤੇ ਫਿਰ ਸਾਰਾ ਸਮਾਨ ਪੈਕ ਕਰਨਾ। ਇਸ ਕਰਕੇ ਮਤਲਬ ਇਹ ਸਾਰਾ ਸਮਾਨ ਮਤਲਬ ਲੈ ਕੇ ਜਾਣ ਵਿੱਚ ਬੰਦਿਆਂ ਦੀ ਜਿੰਨੇ ਦੀ ਲੋੜ ਪੈਂਦੀ ਆ ਉਹ ਨਾਲ ਮੈਂ ਲੈ ਕੇ ਜਾਂਦਾ ਜੀ। ਜਿਸ ਤਰ੍ਹਾਂ ਮੈਂ ਮਤਲਬ ਹੱਥ ਲਿਖਤ ਗ੍ਰੰਥ ਜਾਂ ਕੋਇਨ ਕਲੈਕਟ ਕਰਦਾ, ਉਸੇ ਤਰ੍ਹਾਂ ਹੀ ਮੈਂ ਮਤਲਬ ਵੈਪਨ ਦੀ ਵੀ ਕਲੈਕਸ਼ਨ ਕੀਤੀ ਹੋਈ ਆ, ਅਤੇ ਜਿਸ ਦੇ ਵਿੱਚ ਅਲੱਗ ਅਲੱਗ ਟਾਈਪ ਦੇ ਹਥਿਆਰ ਜਿਹੜੇ ਕਿ ਪਹਿਲਾਂ ਜੰਗਾਂ ਯੁੱਧਾਂ ਵਿੱਚ ਵਰਤੇ ਜਾਂਦੇ ਸੀ, ਜਿਸ ਨੂੰ ਬਿਸ਼ੂਆ ਖੰਜਰ ਕਹਿੰਦੇ ਨੇ, ਉਸ ਦੀਆਂ ਅਲੱਗ ਅਲੱਗ ਮੇਰੇ ਕੋਲ ਵਰਾਇਟੀਆਂ ਨੇ, ਅਤੇ ਇਹ ਸਾਰੀਆਂ ਮਤਲਬ ਜਿਹੜੇ ਪਹਿਲਾਂ ਜੰਗਾਂ ਯੁੱਧਾਂ 'ਚ ਵਰਤਦੇ ਸੀ ਸਿੱਖ ਆਪਣੇ, ਅਤੇ ਉਹ ਸਾਰੀਆਂ ਚੀਜ਼ਾਂ ਇਹ ਕਲੈਕਟ ਕੀਤੀਆਂ ਨੇ। ਅਤੇ ਇਸ ਤੋਂ ਬਿਨਾਂ ਜਿਸ ਤਰ੍ਹਾਂ ਛੋਟੀਆਂ ਕਿਰਪਾਨਾਂ, ਜਿਹੜੇ ਛੋਟੇ ਭਚੰਗੀ ਹੁੰਦੇ ਸੀ, ਛੋਟੇ ਮਤਲਬ ਬੱਚੇ ਹੁੰਦੇ ਸੀ, ਉਹਨਾਂ ਦੀਆਂ ਕਿਰਪਾਨਾਂ, ਅਤੇ ਇਸ ਤਰ੍ਹਾਂ ਕਰਕੇ ਜਿਹੜਾ ਸੈਕਿੰਡ ਵਰਲਡ ਵਾਰ ਹੋਈ, ਵਰਲਡ ਵਾਰ ਦੇ ਵਿੱਚ ਜਿਹੜੇ ਫੌਜੀਆਂ ਨੂੰ ਮਿਲੇ ਹੋਏ ਚਾਕੂ ਸੀਗੇ ਜਿਹਦੇ ਉੱਪਰ ਫੌਜੀ ਨੰਬਰ ਵੀ ਮੈਂਸ਼ਨ ਹੋਇਆ ਹੋਇਆ, ਅਤੇ ਉਹ ਵੀ ਮੈਂ ਕਲੈਕਟ ਕੀਤੇ ਨੇ। ਅਤੇ ਛੁਰਾ ਕਿਹਨੂੰ ਕਹਿੰਦੇ ਹਾਂ ਆਪਾਂ, ਛੁਰੇ ਦੀਆਂ ਕਿੰਨੀਆਂ ਵਰਾਇਟੀਆਂ ਨੇ, ਅਤੇ ਉਹ ਵੀ ਮੈਂ ਮਤਲਬ ਇੱਥੇ ਡਿਸਪਲੇ ਕੀਤੀਆਂ ਹੋਈਆਂ ਨੇ ਵੀ ਛੁਰਾ ਹੁੰਦਾ ਕੀ ਆ। ਕਿਉਂਕਿ ਆਮ ਕੀ ਆ ਵੀ ਆਪਾਂ ਦੇਖਣ ਨੂੰ ਕਹਿ ਦਿੰਦੇ ਵੀ ਇਹ ਚਾਕੂ ਆ ਜਾਂ ਮਤਲਬ ਹਥਿਆਰ ਆ, ਹਥਿਆਰ ਦੇ ਵੀ ਜਿਵੇਂ ਇਸ ਤਰ੍ਹਾਂ ਅਲੱਗ ਅਲੱਗ ਨੇਮ ਨੇ,
ਅਤੇ ਉਹ ਮੈਂ ਵਰਾਇਟੀ ਵਾਈਜ਼ ਕੋਸ਼ਿਸ਼ ਕੀਤੀ ਆ ਵੀ ਜਿਵੇਂ ਜਿਵੇਂ ਮੈਨੂੰ ਮਿਲਦੇ ਗਏ ਅਤੇ ਮੈਂ ਇੱਥੇ ਡਿਸਪਲੇ ਕੀਤੇ ਹੋਏ ਨੇ। ਅਤੇ ਇਹ ਕਟਾਰ ਆ ਜਿਹੜੇ ਕਟਾਰਾਂ ਦੇ ਵਿੱਚ ਜਿਸ ਤਰ੍ਹਾਂ ਜਿੱਥੇ ਮੁੱਠਾ ਹੁੰਦਾ ਇਹਦੇ 'ਚ ਬਰੀਕ ਜਾਲੀ ਅਤੇ ਇਹਦੀ ਸ਼ੇਪ ਅਲੱਗ ਆ, ਇੱਥੇ ਇਹਦੀ ਸ਼ੇਪ ਅਲੱਗ ਆ, ਅਤੇ ਇਸ ਤਰ੍ਹਾਂ ਅਲੱਗ ਅਲੱਗ ਸ਼ੇਪ ਦੇ ਮੈਂ ਇਹ ਸਾਰੇ ਜਿਹੜੇ ਕਟਾਰਾਂ ਦੇ ਹੈਗੇ ਇਹ ਲਾਏ ਨੇ। ਅਤੇ ਇਸ ਤਰ੍ਹਾਂ ਨੇਜੇ ਦੇ ਉੱਪਰ ਜਿਹੜਾ ਮਤਲਬ ਜਿਹੜੇ ਸੋ ਜਿਹੜਾ ਡੰਡਾ ਹੁੰਦਾ ਜਾਨੀ ਸੋਟੀ ਹੁੰਦੀ ਆ ਨੇ, ਉਹਦੇ ਉੱਪਰ ਜਿਹੜਾ ਮਤਲਬ ਅਲੱਗ ਅਲੱਗ ਟਾਈਪ ਦੇ ਨੇਜੇ ਜਿਹੜੇ ਕਿ ਲੋਹੇ ਦੇ ਬਣੇ ਨੇ ਉਹ ਵੀ ਮੈਂ ਰੱਖੇ ਨੇ। ਅਤੇ ਮੇਰੇ ਕੋਲ ਜਿਹੜੇ ਤੀਰਾਂ ਦੇ ਵਿੱਚ ਜਿਹੜੀ ਵਰਾਇਟੀ ਆ ਉਹ ਲਗਭਗ 40+ ਤਰ੍ਹਾਂ ਦੇ ਤੀਰ ਨੇਗੇ, ਜਿਸ ਤਰ੍ਹਾਂ ਛੋਟੇ ਵੱਡੇ ਅਲੱਗ ਅਲੱਗ ਸਾਈਜ਼ ਦੇ, ਕਿਹੜਾ ਤੀਰ ਕਿੱਥੇ ਵਰਤਣਾ ਉਹ ਇੱਕ ਅਲੱਗ ਮਤਲਬ ਮਹੱਤਤਾ ਰੱਖਦਾ। ਅਤੇ ਸਾਰੇ ਇਹ ਵਰਾਇਟੀ ਦੇ ਅਲੱਗ ਅਲੱਗ ਤੀਰ ਰੱਖੇ ਹੋਏ ਨੇ ਇੱਥੇ। ਅਤੇ ਇਸ ਤੋਂ ਬਿਨਾਂ ਜਿਹੜੀ ਕਿਰਚ ਤਲਵਾਰ ਜਿਹਨੂੰ ਕਹਿੰਦੇ ਆਪਾਂ, ਜਿਹਨੀ ਸਿੱਧੀ ਤਲਵਾਰ ਬਿਲਕੁਲ ਸਟੇਟ ਤਲਵਾਰ ਜਿਹਨੂੰ ਕਹਿੰਦੇ ਆ, ਇਹਨੂੰ ਕਿਰਚ ਤਲਵਾਰ ਕਹਿੰਦੇ ਆ। ਇਹ ਬ੍ਰਿਟਿਸ਼ ਟਾਈਮ ਦੀਆਂ ਨੇ ਅਤੇ ਇਹ ਵੀ ਰੱਖੀਆਂ ਨੇ, ਇਹ ਸਾਰੀਆਂ ਹੈਂਡਮੇਡ ਨੇ ਜਿੰਨਾ ਵੀ ਇਹ ਮਤਲਬ ਵੈਪਨ ਨੇਗੇ। ਅਤੇ ਇਹ ਛੋਟੇ ਭਚੰਗੀ ਦੀਆਂ ਛੋਟੀਆਂ ਕਿਰਪਾਨਾਂ ਹੋ ਗਈਆਂ, ਇਹ ਕਿਰਚ ਹੋ ਗਈ ਜਿਹੜੀ ਸਿੱਧੀ ਹੁੰਦੀ ਆ ਬਿਲਕੁਲ ਸਟੇਟ, ਉਹਨੂੰ ਆਪਾਂ ਕਿਰਚ ਕਹਿੰਦੇ ਆ, ਇਹ ਕਿਰਚ ਹੈਗੀ ਆ। ਅਤੇ ਜਿਹੜਾ ਜੋਰਜ 6 ਸੀਗਾ, ਜੋਰਜ 6 ਦੀ ਜਿਹੜੀ ਘੋੜੇ ਵਾਲੀ ਫੌਜ ਸੀ ਸਪੈਸ਼ਲੀ ਮਤਲਬ ਉਹਦੇ ਨਾਲ ਰਹਿੰਦੀ ਸੀ, ਉਹਦਾ ਜਿਹੜਾ ਮੇਨ ਸੂਬੇਦਾਰ ਸੀ ਸਿਪੇ ਸਲਾਰ, ਉਹਦੇ ਕੋਲ ਜਿਹੜੀ ਕਿਰਪਾਨ ਹੁੰਦੀ ਸੀ ਜਿਹਦੇ ਉੱਪਰ ਜੋਰਜ 6 ਦਾ ਸਿਗਨੇ ਬਣਿਆ ਹੋਇਆ ਸੀ, ਇਹ ਥੱਲੇ ਪਾਸੇ ਸਿਗਨੇ ਬਣਿਆ ਹੋਇਆ, ਅਤੇ ਉਹ ਵੀ ਆਪਾਂ ਮਤਲਬ ਦੇਖ ਸਕਦੇ ਹਾਂ। ਅਤੇ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਮੈਂ ਕਲੈਕਟ ਕੀਤੀਆਂ ਨੇ। ਬਾਕੀ ਜਿਸ ਤਰ੍ਹਾਂ ਤੀਰ ਦੀਆਂ ਨੋਕਾਂ ਨੇ, ਤੀਰ ਦੇ ਜਿਹੜੇ ਆਪਣਾ ਕਾਨੇ ਦੇ ਮੂਹਰੇ ਜਿਹੜੇ ਤੀਰ ਨੋਕ ਲੱਗੀ ਹੁੰਦੀ ਆ, ਅਲੱਗ ਅਲੱਗ ਨੋਕਾਂ ਨੇ। ਇਹ ਜਿਸ ਤਰ੍ਹਾਂ ਵੱਡੇ ਜਾਨਵਰ ਨੂੰ ਮਾਰਨ ਵਾਸਤੇ ਤੀਰ ਜਿਹੜੇ ਲੋਹੇ ਦੇ ਮਤਲਬ ਟੋਪ ਸਿਰ 'ਤੇ ਪਹਿਨੇ ਹੁੰਦੇ ਸੀ ਉਹਨਾਂ ਨੂੰ ਪਾੜਨ ਵਾਸਤੇ ਤੀਰ, ਜਾਂ ਜਿਹੜੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਆਪਾਂ ਜੰਜੀਰਾਂ ਵਾਲਾ ਮਤਲਬ ਜਿਹਨੂੰ ਪਾਈ ਹੁੰਦੀ ਸੀ ਵਰਦੀ, ਉਹਨੂੰ ਪਾੜਨ ਵਾਸਤੇ। ਅਤੇ ਜਿਸ ਤਰ੍ਹਾਂ ਜਦੋਂ ਆਪਾਂ ਤੀਰ ਦਾ ਨਾਂ ਲੈਂਦੇ ਹਾਂ, ਤੀਰ ਨੂੰ ਮਤਲਬ ਬੋਲਣ ਵੇਲੇ ਜਾਂ ਤੀਰ ਨੂੰ ਸੁਣਨ ਦੇ ਨਾਲ ਹੀ ਆਪਾਂ ਨੂੰ ਆਪਣੇ ਮਨ ਦੇ ਵਿੱਚ ਇੱਕ ਇਹ ਆਉਂਦਾ ਵੀ ਤੀਰ ਹਮੇਸ਼ਾ ਤਿੱਖਾ ਹੁੰਦਾ, ਪਰ ਮੈਂ ਇਹ ਵੀ ਦੱਸਣੀ ਚਾਹੁੰਦਾ ਵੀ ਜਿਹੜੇ ਤੀਰ ਆਹ ਮੈਂ ਤੁਹਾਨੂੰ ਦਿਖਾ ਰਿਹਾ, ਇਹ ਤੀਰ ਬਿਲਕੁਲ ਥੱਲੋਂ ਚੌਰਸ ਆ ਜੀ, ਬਿਲਕੁਲ ਸਿੱਧਾ ਮੈਂ ਦਿਖਾਉਣਾ ਚਾਹੁੰਦਾ ਇਹ। ਅਤੇ ਇਹ ਬਿਲਕੁਲ ਸਿੱਧਾ ਤੀਰ ਆ, ਇਹਨੂੰ ਕਹਿੰਦੇ ਨੇ ਹੈਮਰ ਤੀਰ, ਕਿਉਂਕਿ ਜਦੋਂ ਕਿਲਿਆਂ ਦੇ ਵਿੱਚ ਮਤਲਬ ਜਿਹੜੀ ਦੁਸ਼ਮਣ ਦੀ ਫੌਜ ਆ ਉਹਨੇ ਐਂਟਰ ਹੋਣਾ ਹੁੰਦਾ ਸੀ, ਅਤੇ ਉਹ ਇਸ ਤਰ੍ਹਾਂ ਦੇ ਜਿਹੜਾ ਤੀਰ ਆ ਉਹ ਕਿਲੇ ਦੇ ਨਾਲ ਜਾ ਜਾ ਕੇ ਮੈਂ ਦੀਵਾਰ ਦੇ ਨਾਲ ਨਾਲ ਹੋ ਕੇ 2 ਲੋਹੇ ਦੀਆਂ ਪਲੇਟਾਂ ਲੈ ਕੇ ਉਹਦੇ ਵਿਚਾਲੇ ਬਰੂਦ ਕੱਪੜੇ ਨਾਲ ਲਾ ਕੇ ਉਹ ਪਲੇਟ ਨੂੰ ਦੀਵਾਰ ਦੇ ਕਿਲੇ ਦੀਵਾਰ ਦੇ ਨਾਲ ਨਾਲ ਜਾ ਕੇ ਕਿਲੇ ਦੇ ਗੇਟ ਮੂਹਰੇ ਰੱਖੇ ਹੁੰਦੇ ਸੀ। ਤਾਂ ਜਦੋਂ ਇਸ ਤਰ੍ਹਾਂ ਦੇ ਤੀਰ ਨਾਲ ਉਹਦੇ ਉੱਪਰ ਨਿਸ਼ਾਨਾ ਲਾਇਆ ਜਾਂਦਾ ਸੀ, ਤਾਂ ਜਦੋਂ ਦੋਨੇ ਲੋਹੇ ਦੀਆਂ ਪਲੇਟਾਂ ਆਪਸ 'ਚ ਟਕਰਾਉਂਦੀਆਂ ਸੀ ਜਿਹੜਾ ਸੈਂਟਰ ਦੇ ਵਿੱਚ ਬਰੂਦ ਭਰਿਆ ਹੁੰਦਾ ਸੀ ਉਹ ਬਲਾਸਟ ਹੁੰਦਾ ਸੀ, ਅਤੇ ਉਦੋਂ ਬਾਅਦ ਉਹ ਗੇਟ ਜਿਹੜਾ ਕਿਲੇ ਦਾ ਉੱਡ ਜਾਂਦਾ ਸੀ, ਅਤੇ ਜਿਹੜੀ ਦੁਸ਼ਮਣ ਦੀ ਫੌਜ ਆ ਉਹ ਅੰਦਰ ਐਂਟਰ ਹੋ ਜਾਂਦੀ ਸੀ। ਅਤੇ ਇਸ ਤਰ੍ਹਾਂ ਦੇ ਤੀਰ ਵੀ ਮਤਲਬ ਮੇਰੇ ਕੋਲ ਹੈਗੇ ਆ। ਬਾਕੀ ਜਿਹੜੇ ਅਲੱਗ ਅਲੱਗ ਸਾਰੇ ਵਰਾਇਟੀ ਦੇ ਤੀਰ ਨੇ, ਜਿਵੇਂ ਛੋਟੇ ਜਾਨਵਰ ਵਾਸਤੇ ਤੀਰ, ਵੱਡੇ ਜਾਨਵਰ ਵਾਸਤੇ ਤੀਰ, ਇਹ ਅਲੱਗ ਅਲੱਗ ਮਤਲਬ ਵਰਾਇਟੀ ਦੇ ਤੀਰ, ਕਿਹੜਾ ਤੀਰ ਕਿੱਥੇ ਵਰਤਿਆ ਜਾਣਾ ਇਹ ਆਪਣੀ ਮਹੱਤਤਾ ਰੱਖਦਾ। ਅਤੇ ਇਹ ਨਾਭਾ ਰਿਆਸਤ ਜਿਹੜੀ ਆਪਣੇ ਸਿੱਖਾਂ ਦੀ ਨਾਭਾ ਰਿਆਸਤ ਸੀ, ਨਾਭਾ ਰਿਆਸਤ ਦੇ ਫੌਜੀ ਨੰਬਰ 33 ਦੀ ਕਿਰਪਾਨ ਆ, ਇਹਦੇ ਉੱਪਰ ਸਾਈਡ 'ਤੇ ਇੱਥੇ ਸਾਈਡ 'ਤੇ ਮੈਂਸ਼ਨ ਹੋਇਆ ਹੋਇਆ। ਬਾਕੀ ਇਹ ਗੁਪਤੀ ਆ ਜਿਹਨੂੰ ਜਿਸ ਤਰ੍ਹਾਂ ਆਪਾਂ ਤੁਰਨ ਵੇਲੇ ਆਪਾਂ ਖੁੰਡੀ ਕਹਿ ਦਿੰਦੇ ਹਾਂ, ਦੇਖਣ ਨੂੰ ਖੁੰਡੀ ਹੁੰਦੀ ਸੀ ਪਰ ਇੱਥੇ ਇਹਦੇ ਲੱਕੜ ਦਾ ਇੱਕ ਗੋਲ ਮੁੱਠਾ ਹੁੰਦਾ ਸੀ, ਜਿਸ ਤਰ੍ਹਾਂ ਦੇਖਣ ਨੂੰ ਫੜਨ ਵਿੱਚ ਐਂ ਲੱਗੂਗੀ ਵੀ ਜਿਸ ਤਰ੍ਹਾਂ ਖੁੰਡੀ ਆ, ਪਰ ਇਹਦੇ ਵਿੱਚੋਂ ਇਹ ਗੁਪਤ ਹਥਿਆਰ ਨਿਕਲਦਾ ਸੀ, ਇਹਨੂੰ ਇਸ ਕਰਕੇ ਇਹਦਾ ਨਾਂ ਗੁਪਤੀ ਆ। ਅਤੇ ਬਾਕੀ ਇਹ ਤੇਗਾ ਆ ਜੀ, ਸਿੱਖ ਦੇ ਧਰਮ ਦੇ ਵਿੱਚ ਮਤਲਬ ਤੇਗਾ ਆਪਾਂ ਬੋਲਦੇ ਹਾਂ ਇਹਨੂੰ, ਅਲੱਗ ਇਹ ਇੱਥੋਂ ਵੀ ਇਹ ਸਾਰਾ ਤਿੱਖਾ ਹੁੰਦਾ ਜੀ, ਥੱਲੋਂ ਵੀ ਸਾਰੀ ਪੂਰੀ ਇਹ ਧਾਰ ਲੱਗੀ ਹੁੰਦੀ ਆ। ਅਤੇ ਇਸ ਤਰ੍ਹਾਂ ਇਹ ਅਲੱਗ ਅਲੱਗ ਜਿਹੜਾ ਹੈਗੀਆਂ ਵਰਾਇਟੀਆਂ ਮੈਂ ਇਕੱਠੀਆਂ ਕੀਤੀਆਂ ਨੇ, ਜਿਸ ਤਰ੍ਹਾਂ ਗੰਡਾਸਾ ਹੋ ਗਿਆ ਜਾਂ ਤੀਰਾਂ ਦੀਆਂ ਅਲੱਗ ਅਲੱਗ ਵਰਾਇਟੀਆਂ ਹੋ ਗਈਆਂ। ਇਸ ਤਰ੍ਹਾਂ ਇਸ ਤੋਂ ਬਿਨਾਂ ਵੀ ਮੇਰੇ ਕੋਲ ਕਾਫੀ ਹੋਰ ਹਥਿਆਰਾਂ ਦੀ ਕਲੈਕਸ਼ਨ ਹੈਗੀ ਆ ਜਿਹੜੀ ਕਿ ਹਜੇ ਡਿਸਪਲੇ ਨਹੀਂ ਕਰ ਸਕਿਆ ਮੈਂ, ਕਿਉਂਕਿ ਜਗ੍ਹਾ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਅਤੇ
ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਇਤਿਹਾਸ ਨੂੰ ਮਤਲਬ ਨਵੀਂ ਪੀੜ੍ਹੀ ਤੱਕ ਪਹੁੰਚਾਈਏ, ਆਪਾਂ ਬੱਚਿਆਂ ਨੂੰ ਮਤਲਬ ਕੁਛ ਦਿਖਾ ਸਕੀਏ, ਕੁਛ ਸੇਧ ਦੇ ਸਕੀਏ। ਜਿਸ ਤਰ੍ਹਾਂ ਮੈਂ ਮਤਲਬ ਪਹਿਲਾਂ ਦੱਸ ਚੁੱਕਿਆ ਵੀ ਮੇਰਾ ਲੱਕੜੀ ਦਾ ਕੰਮ ਆ ਅਤੇ ਜੋੜੀ ਪੱਲਾ ਫਰਨੀਚਰ ਦਾ, ਮੈਂ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂਦਾ ਰਹਿੰਦਾ, ਘਰ ਘਰ ਮੇਰਾ ਆਉਣਾ ਜਾਣਾ ਰਹਿੰਦਾ। ਅਤੇ ਜਦੋਂ ਮੈਂ ਪਿੰਡਾਂ ਜਾਂਦਾ ਉੱਥੇ ਬਜ਼ੁਰਗਾਂ ਨਾਲ ਗੱਲ ਸਾਂਝੀ ਕਰਦੇ ਹਾਂ ਵੀ ਭਾਈ ਇਸ ਤਰ੍ਹਾਂ ਕੋਈ ਚੀਜ਼ ਹੋਵੇ ਤਾਂ ਸਾਨੂੰ ਦੱਸਿਓ, ਫਿਰ ਉਹ ਦੱਸ ਦਿੰਦੇ ਨੇ ਵੀ ਸਾਡੇ ਰਿਸ਼ਤੇਦਾਰੀ 'ਚ ਆਹ ਚੀਜ਼ ਪਈ ਆ ਜਾਂ ਸਾਡੇ ਪਿੰਡ ਫਲਾਣੇ ਕੋਲ ਆਹ ਚੀਜ਼ ਹੈਗੀ ਆ। ਅਤੇ ਇਸ ਤਰ੍ਹਾਂ ਕਰਕੇ ਫਿਰ ਇਹ ਸਾਰੀਆਂ ਚੀਜ਼ਾਂ ਮਤਲਬ ਸਟੈਪ ਬਾਈ ਸਟੈਪ ਜਾਈਦੀਆਂ। ਕਈ ਵਾਰੀ ਕੀ ਹੁੰਦਾ ਵੀ ਉਹ ਚੀਜ਼ ਹੁੰਦੀ ਆ ਮੰਨ ਲਓ 200 ਦੀ ਜਾਂ 500 ਦੀ, ਅਗਲਾ 50,000 ਮੰਗ ਕੇ ਖੜ੍ਹ ਜਾਂਦਾ। ਅਤੇ ਕਈ ਵਾਰ ਇਹ ਹੁੰਦਾ ਵੀ ਉਹ ਚੀਜ਼ ਚਾਹੇ ਜਿੰਨੀ ਮਰਜ਼ੀ ਕੀਮਤੀ ਹੋਵੇ, ਅਗਲਾ ਕਹਿੰਦਾ ਵੀ ਤੂੰ ਸਾਂਭਦਾ ਭਾਈ ਇਹ ਚੀਜ਼ ਤੂੰ ਸਾਂਭ ਲਾ ਵੀ ਸਾਤੋਂ ਲੈ ਜਾ ਆਪਦੇ ਆ ਕੇ। ਅਤੇ ਬਹੁਤ ਮਤਲਬ ਵਧੀਆ ਹੁੰਗਾਰਾ ਵੀ ਮਿਲਦਾ ਵਿੱਚ ਵਿੱਚ, ਜਿਵੇਂ ਕਹਿ ਲਓ ਵੀ ਸਾਰੀ ਤਰ੍ਹਾਂ ਦੀ ਦੁਨੀਆ ਮਿਲਦੀ ਆ। ਅਤੇ ਇਸ ਤਰ੍ਹਾਂ ਹੀ ਸਟੈਪ ਬਾਈ ਸਟੈਪ ਹੀ ਇਹ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਜੀ। ਅੱਜ ਤੱਕ ਵੈਸੇ ਕਿਤੇ ਕਿਸੇ ਨੇ ਹੈਲਪ ਤਾਂ ਕੋਈ ਨਹੀਂ ਦਿੱਤੀ, ਕਿਉਂਕਿ ਨਾ SGPC ਅਤੇ ਨਾ ਕੋਈ ਹੋਰ ਇੱਥੇ ਲੋਕਲ ਸੰਸਥਾਵਾਂ, ਇੱਥੋਂ ਤੱਕ ਕਿ ਜਿਹੜੀਆਂ ਲੋਕਲ ਸਾਡੇ ਅਹਿਮਦਗੜ੍ਹ ਸ਼ਹਿਰ ਦੀਆਂ ਮਤਲਬ ਘੱਟੋ ਘੱਟ 40-50 ਸੰਸਥਾਵਾਂ ਨੇ, ਉਹਨਾਂ ਨੇ ਵੀ ਅੱਜ ਤੱਕ ਕਦੇ ਕੋਈ ਸ਼ਾਬਾਸ਼ ਤੱਕ ਨਹੀਂ ਦਿੱਤੀ, ਬਾਕੀ ਤਾਂ ਚਲੋ ਅਲੱਗ ਗੱਲ ਹੈਲਪ ਦੇਣ ਦੀ ਤਾਂ। ਅਤੇ ਫਿਰ ਵੀ ਚਲੋ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਕਿਰਤ ਕਮਾਈ ਕਰਕੇ ਜਿਹੜਾ ਵੀ ਆਪਣਾ ਜੋ ਵੀ ਰਾਤਾਂ ਲਾ ਕੇ ਜਿੰਨਾ ਵੀ ਟਾਈਮ ਹੈ ਓਵਰ ਟਾਈਮ ਕੰਮ ਕਰਦਾ ਜਾਂ ਜਿਵੇਂ ਵੀ ਪੂਰਾ ਕੁਛ ਵੀ ਬਚਦਾ, ਤਾਂ ਸਟੈਪ ਬਾਈ ਸਟੈਪ ਇਹ ਚੀਜ਼ਾਂ ਕਲੈਕਟ ਕਰ ਰਹੇ ਹਾਂ ਜੀ। ਜੇ ਸੋਚਿਆ ਜਾਵੇ ਵੀ ਆਪਾਂ ਇਹ ਚੀਜ਼ਾਂ ਨੂੰ ਆਪਾਂ ਵੀ ਆਪਣੇ ਕੋਲ ਕਰੋੜਾਂ ਰੁਪਈਆ ਵੀ ਹੋਵੇ ਤਾਂ ਇੱਕਦਮ ਆਪਾਂ ਲੈ ਨਹੀਂ ਸਕਦੇ, ਕਿਉਂਕਿ ਇਹ ਚੀਜ਼ਾਂ ਇਹ ਤਾਂ ਹੈ ਨਹੀਂ ਵੀ ਇੱਥੇ ਵੀ ਕਿਸੇ ਦੁਕਾਨ 'ਤੇ ਜਾ ਕੇ ਆਪਾਂ ਨੂੰ ਮਿਲ ਜਾਣਗੀਆਂ। ਇਹ ਹੈ ਵੀ ਜਦੋਂ ਕਿਤੇ ਚੀਜ਼ ਕਿਤੇ ਮਿਲਦੀ ਹੈ ਤਾਂ ਕੋਈ ਨਾ ਕੋਈ ਹੱਲ ਕਰਕੇ ਪੈਸਿਆਂ ਦਾ ਫਿਰ ਇਹ ਚੀਜ਼ ਲੈਣੀ ਪੈਂਦੀ ਹੈ ਜੀ, ਊਂ ਤਾਂ ਜੇ ਪੈਸੇ ਹੋਣ ਵੀ ਤਾਂ ਵੀ ਇਹ ਚੀਜ਼ ਮਿਲ ਨਹੀਂ ਸਕਦੀ। ਅਤੇ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਇਤਿਹਾਸ ਨੂੰ ਬਚਾਉਣ ਦੀ, ਨਵੀਂ ਪੀੜ੍ਹੀ ਤੱਕ ਇਹ ਸਾਰਾ ਕੁਛ ਪਹੁੰਚਾਉਣ ਦੀ। ਬਾਕੀ ਸਰਕਾਰਾਂ ਵੱਲੋਂ ਵੀ ਅੱਜ ਤੱਕ ਕਦੇ ਕੋਈ ਸਨਮਾਨ ਨਹੀਂ ਮਿਲਿਆ, ਨਾ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਹੈਲਪ ਮਿਲੀ ਆ ਨਾ SGPC ਮੈਮ ਤੋਂ ਨਾ ਕਿਸੇ ਹੋਰ ਸੰਸਥਾਵਾਂ ਤੋਂ। ਅਤੇ ਇਕੱਲੇ ਹੀ ਲੱਗੇ ਹੋਏ ਹਾਂ ਵੀ ਆਪਣੇ ਇਤਿਹਾਸ ਨੂੰ ਬਚਾਉਣ, ਜਿੰਨਾ ਕੁ ਹੁੰਦਾ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਜੀ।